ਇਹ ਕਿਸੇ ਫਿਲਮ ਦਾ ਸੀਨ ਨਹੀਂ ਹੈ ਤੇ ਨਾ ਹੀ ਘੋੜੇ ਤੇ ਬੈਠੀ ਇਹ ਲੜਕੀ ਮਨੂ ਹੈ। ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੀ ਤਰ੍ਹਾਂ ਘੋੜਸਵਾਰੀ ਕਰ ਰਹੀ ਇਸ ਲੜਕੀ ਦਾ ਨਾਮ ਕੋਮਲਪ੍ਰੀਤ ਹੈ। 12ਵੀਂ ਕਲਾਸ ਦੀ ਵਿਦਿਆਰਥਣ ਕੋਮਲਪ੍ਰੀਤ ਨਾ ਸਿਰਫ ਘੋੜਸਵਾਰੀ ਕਰਦੀ ਹੈ ਬਲਕਿ ਉਸਦੇ ਨਾਮ ਤੇ ਇੱਕ ਸਟੱਡ ਫਾਰਮ ਵੀ ਹੈ। ਘੋੜੇ ਦੀਆਂ ਨਸਲਾਂ ਨੂੰ ਲੈ ਕੇ ਕੋਮਲਪ੍ਰੀਤ ਦਾ ਗਿਆਨ ਵੀ ਹੈਰਾਨ ਕਰਨ ਵਾਲਾ ਹੈ। ਇਹ ਘੋੜਾ ਵੀ ਮਾਰਵਾੜੀ ਨਸਲ ਦਾ ਤੇ ਇਹਦੀ ਖਾਸੀਅਤ ਇਹ ਹੈ ਕਿ ਇਹਨਾਂ ਦੇ ਕੰਨ ਹੁੰਦੇ, ਇਹਨਾਂ ਦੇ ਵਿਚਾਲੇ ਦਿਲ ਬਣਦਾ, ਇਹਨਾਂ ਦੀ ਗਰਦਨ ਹੁੰਦੀ ਹੈ ਉੱਪਰੋਂ ਪਤਲੀ ਹੁੰਦੀ ਹੈ, ਥੱਲੋਂ ਮੋਟੀ ਹੁੰਦੀ ਹੈ, ਛਾਤੀ ਬਰੋਡ ਚਾਹੀਦੀ ਹੈ ਇਹਨਾਂ ਦੀ, ਇਹਨਾਂ ਦੇ ਪੈਰ 45 ਡਿਗਰੀ ਐਂਗਲ ਤੇ ਚਾਹੀਦੇ, ਇਹਨਾਂ ਦੇ ਵੀਡਰਸ, ਇਹਨਾਂ ਦੇ ਸਟੀਪਲ, ਸਾਰਾ ਕੁਛ ਪਰਫੈਕਟ ਚਾਹੀਦਾ। ਮਾਰਵਾੜੀ ਨਸਲ ਦਾ ਘੋੜਾ ਕੋਮਲਪ੍ਰੀਤ ਨੂੰ ਸਭ ਤੋਂ ਜ਼ਿਆਦਾ ਪਸੰਦ ਹੈ। ਕੋਮਲਪ੍ਰੀਤ ਦੇ ਪਿਤਾ ਤੇ ਦਾਦਾ ਘੋੜੇ ਪਾਲਦੇ ਨੇ। ਕੋਮਲਪ੍ਰੀਤ ਨੇ ਆਪਣੇ ਪਿਤਾ ਤੋਂ ਘੋੜਸਵਾਰੀ ਸਿੱਖੀ ਤੇ ਫਿਰ ਘੋੜੇ ਦੀਆਂ ਨਸਲਾਂ ਬਾਰੇ ਵਿਸਥਾਰ ਦੇ ਨਾਲ ਸਟੱਡੀ ਕੀਤੀ। ਗੱਲ ਦੂਜੀ ਗੱਲ ਇਹ ਆ, ਮੈਂ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਵੀ ਧੀਆਂ ਕਿਸੇ ਪੱਖੋਂ ਘੱਟ ਨੇ, ਕੁੜੀਆਂ ਨੂੰ ਬਾਹਰ ਫੀਲਡ ਜਾਣ ਦਾ ਟਾਈਮ ਤਾਂ ਦਿਓ। ਦੇਖੋ ਗੱਲ ਹੁੰਦੀ ਹੈ ਕੋਈ ਗਾਹ ਲਾਂਬਾ ਮਾੜੇ ਕੰਮ ਦਾ, ਹਨਾ, ਜਿਹੜੇ ਧੀ ਪੁੱਤ ਮਾਂ ਪਿਓ ਦਾ ਨਾਂ ਚਮਕਾਉਂਦੇ ਆ ਤੇ ਆਪਾਂ ਉਹਨਾਂ ਨੂੰ ਜੇ ਕਹੀਏ ਵੀ ਬੱਚੇ ਤੁਸੀਂ ਬਾਹਰ ਨਹੀਂ ਜਾਣਾ ਤੇ ਫਿਰ ਮਾਂ ਪਿਓ ਦਾ ਨਾਂ ਕਿਵੇਂ ਚਮਕਾਉਂਦੇ। ਧੀਆਂ ਕਿਸੇ ਵੀ ਪੱਖ ਤੋਂ ਘੱਟ ਨਹੀਂ ਗਿਆ, ਧੀਆਂ 'ਚ ਜਹਾਜ਼ ਵੀ ਡਾਈ ਫਿਰਦੀਆਂ, ਧੀਆਂ 'ਚ IPS ਅਫਸਰ ਵੀ ਬਣੀਆਂ ਤੇ ਮੇਰੇ ਪੁੱਤ ਦਾ ਵੀ ਇਹੀ ਡ੍ਰੀਮ ਆ ਵੀ ਪਾਪਾ ਇੱਕ ਦਿਨ UPS ਵੀ ਪਾਸ ਕਰਨੀ। ਕੋਮਲਪ੍ਰੀਤ ਪੜ੍ਹ ਲਿਖ ਕੇ ਵੱਡੀ ਅਫਸਰ ਬਣਨਾ ਚਾਹੁੰਦੀ ਹੈ ਤੇ ਨਾਲ ਹੀ ਘੋੜੇ ਦੀਆਂ ਨਸਲਾਂ ਨੂੰ ਲੈ ਕੇ ਵੀ ਕੁਝ ਨਵਾਂ ਕਰਨਾ ਚਾਹੁੰਦੀ ਹੈ। ਬੇਟੀ ਦੀ ਸਮਝ ਨੂੰ ਪਿਤਾ ਸੁਖਚੈਨ ਸਿੰਘ ਦਾ ਸਾਥ ਮਿਲਿਆ ਤੇ ਉਹ ਚਾਹੁੰਦੇ ਨੇ ਕਿ ਉਹਨਾਂ ਦੀ ਧੀ ਆਪਣੇ ਸੁਪਨਿਆਂ ਦੀ ਉਡਾਣ ਖੁਦ ਤੈਅ ਕਰੇ। ਸ੍ਰੀ ਮੁਕਤਸਰ ਸਾਹਿਬ ਤੋਂ ਕੁਲਦੀਪ ਰਿਣੀ, News 18 ਪੰਜਾਬ। ਇਹ ਕਿਸੇ ਫਿਲਮ ਦਾ ਸੀਨ ਨਹੀਂ ਹੈ ਤੇ ਨਾ ਹੀ ਘੋੜੇ ਤੇ ਬੈਠੀ ਇਹ ਲੜਕੀ ਮਨੂ ਹੈ। ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੀ ਤਰ੍ਹਾਂ ਘੋੜਸਵਾਰੀ ਕਰ ਰਹੀ ਇਸ ਲੜਕੀ ਦਾ ਨਾਮ ਕੋਮਲਪ੍ਰੀਤ ਹੈ। 12ਵੀਂ ਕਲਾਸ ਦੀ ਵਿਦਿਆਰਥਣ ਕੋਮਲਪ੍ਰੀਤ ਨਾ ਸਿਰਫ ਘੋੜਸਵਾਰੀ ਕਰਦੀ ਹੈ ਬਲਕਿ ਉਸਦੇ ਨਾਮ ਤੇ ਇੱਕ ਸਟੱਡ ਫਾਰਮ ਵੀ ਹੈ। ਘੋੜੇ ਦੀਆਂ ਨਸਲਾਂ ਨੂੰ ਲੈ ਕੇ ਕੋਮਲਪ੍ਰੀਤ ਦਾ ਗਿਆਨ ਵੀ ਹੈਰਾਨ ਕਰਨ ਵਾਲਾ ਹੈ। ਇਹ ਘੋੜਾ ਵੀ ਮਾਰਵਾੜੀ ਨਸਲ ਦਾ ਤੇ ਇਹਦੀ ਖਾਸੀਅਤ ਇਹ ਹੈ ਕਿ ਇਹਨਾਂ ਦੇ ਕੰਨ ਹੁੰਦੇ, ਇਹਨਾਂ ਦੇ ਵਿਚਾਲੇ ਦਿਲ ਬਣਦਾ, ਇਹਨਾਂ ਦੀ ਗਰਦਨ ਹੁੰਦੀ ਹੈ ਉੱਪਰੋਂ ਪਤਲੀ ਹੁੰਦੀ ਹੈ, ਥੱਲੋਂ ਮੋਟੀ ਹੁੰਦੀ ਹੈ, ਛਾਤੀ ਬਰੋਡ ਚਾਹੀਦੀ ਹੈ ਇਹਨਾਂ ਦੀ, ਇਹਨਾਂ ਦੇ ਪੈਰ 45 ਡਿਗਰੀ ਐਂਗਲ ਤੇ ਚਾਹੀਦੇ, ਇਹਨਾਂ ਦੇ ਵੀਡਰਸ, ਇਹਨਾਂ ਦੇ ਸਟੀਪਲ, ਸਾਰਾ ਕੁਛ ਪਰਫੈਕਟ ਚਾਹੀਦਾ। ਮਾਰਵਾੜੀ ਨਸਲ ਦਾ ਘੋੜਾ ਕੋਮਲਪ੍ਰੀਤ ਨੂੰ ਸਭ ਤੋਂ ਜ਼ਿਆਦਾ ਪਸੰਦ ਹੈ। ਕੋਮਲਪ੍ਰੀਤ ਦੇ ਪਿਤਾ ਤੇ ਦਾਦਾ ਘੋੜੇ ਪਾਲਦੇ ਨੇ। ਕੋਮਲਪ੍ਰੀਤ ਨੇ ਆਪਣੇ ਪਿਤਾ ਤੋਂ ਘੋੜਸਵਾਰੀ ਸਿੱਖੀ ਤੇ ਫਿਰ ਘੋੜੇ ਦੀਆਂ ਨਸਲਾਂ ਬਾਰੇ ਵਿਸਥਾਰ ਦੇ ਨਾਲ ਸਟੱਡੀ ਕੀਤੀ। ਗੱਲ ਦੂਜੀ ਗੱਲ ਇਹ ਆ, ਮੈਂ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਵੀ ਧੀਆਂ ਕਿਸੇ ਪੱਖੋਂ ਘੱਟ ਨੇ, ਕੁੜੀਆਂ ਨੂੰ ਬਾਹਰ ਫੀਲਡ ਜਾਣ ਦਾ ਟਾਈਮ ਤਾਂ ਦਿਓ। ਦੇਖੋ ਗੱਲ ਹੁੰਦੀ ਹੈ ਕੋਈ ਗਾਹ ਲਾਂਬਾ ਮਾੜੇ ਕੰਮ ਦਾ, ਹਨਾ, ਜਿਹੜੇ ਧੀ ਪੁੱਤ ਮਾਂ ਪਿਓ ਦਾ ਨਾਂ ਚਮਕਾਉਂਦੇ ਆ ਤੇ ਆਪਾਂ ਉਹਨਾਂ ਨੂੰ ਜੇ ਕਹੀਏ ਵੀ ਬੱਚੇ ਤੁਸੀਂ ਬਾਹਰ ਨਹੀਂ ਜਾਣਾ ਤੇ ਫਿਰ ਮਾਂ ਪਿਓ ਦਾ ਨਾਂ ਕਿਵੇਂ ਚਮਕਾਉਂਦੇ। ਧੀਆਂ ਕਿਸੇ ਵੀ ਪੱਖ ਤੋਂ ਘੱਟ ਨਹੀਂ ਗਿਆ, ਧੀਆਂ 'ਚ ਜਹਾਜ਼ ਵੀ ਡਾਈ ਫਿਰਦੀਆਂ, ਧੀਆਂ 'ਚ IPS ਅਫਸਰ ਵੀ ਬਣੀਆਂ ਤੇ ਮੇਰੇ ਪੁੱਤ ਦਾ ਵੀ ਇਹੀ ਡ੍ਰੀਮ ਆ ਵੀ ਪਾਪਾ ਇੱਕ ਦਿਨ UPS ਵੀ ਪਾਸ ਕਰਨੀ। ਕੋਮਲਪ੍ਰੀਤ ਪੜ੍ਹ ਲਿਖ ਕੇ ਵੱਡੀ ਅਫਸਰ ਬਣਨਾ ਚਾਹੁੰਦੀ ਹੈ ਤੇ ਨਾਲ ਹੀ ਘੋੜੇ ਦੀਆਂ ਨਸਲਾਂ ਨੂੰ ਲੈ ਕੇ ਵੀ ਕੁਝ ਨਵਾਂ ਕਰਨਾ ਚਾਹੁੰਦੀ ਹੈ। ਬੇਟੀ ਦੀ ਸਮਝ ਨੂੰ ਪਿਤਾ ਸੁਖਚੈਨ ਸਿੰਘ ਦਾ ਸਾਥ ਮਿਲਿਆ ਤੇ ਉਹ ਚਾਹੁੰਦੇ ਨੇ ਕਿ ਉਹਨਾਂ ਦੀ ਧੀ ਆਪਣੇ ਸੁਪਨਿਆਂ ਦੀ ਉਡਾਣ ਖੁਦ ਤੈਅ ਕਰੇ। ਸ੍ਰੀ ਮੁਕਤਸਰ ਸਾਹਿਬ ਤੋਂ ਕੁਲਦੀਪ ਰਿਣੀ, News 18 ਪੰਜਾਬ।